हाँ जी भीर जी, सारे सत श्रीकाल जी। संदीप डेयरी फार्म में थोड़ा बहुत बहुत वेलकम है जी। अज अपने भीर जिहड़े हैगे जी, पिंड बहादुर नगर जी, जिला तरन तारण पिंड, तहसील पट्टी पैंदी है जी। जिहड़ा वीर होणा पिंड है बिल्कुल वल्टो दे नाल है जी। इत्थों 2 किलोमीटर सिर वल्टो है जी। तो इन्हां वीरां अगे वीडियो बनाई जी, आपां बहुत ही क्वालिटी पशु लै कहिंदे बाई होणी, ते रेट भी बिल्कुल जायज़ ही करदे आ। अज फिर इन्हां कोल 2 महीनियां सेल है जी, ते आओ हुण बाई जी ने गल्लबात करिए, इन्हां प्राइस की आ ते की मिलदा रिकॉर्ड। उस तो पहले भी जी रिक्वेस्ट करने तो पहले कि जो भी पहले वीडियो देख रहे हैं उन्होंने मेरा रिक्वेस्ट है कि अपने चैनल सब्सक्राइब करें जी। एक घंटे बड़े यूट्यूब बंद आगे नवी वीडियो आ रहा जी। एक होर रिक्वेस्ट आ, इतने आओ एक टाइम दो टाइम चुवाई करो तो पास कर लग जाएगी जी। हर वे एक बेनती होंगी है कि दो टाइम की चुवाई जरूर करो, वीडियो दो टाइम चैक करके फिर पशु खरीदो। तो नाले भी जी वीडियो बहुत बहुत शेयर कर दिया करो, बड़ी मेहनत लगती है। तो हम बाई जी ने गलबात करिए जी। अपना हाँ जी भाई जी, सत्या जी, ਹੋਰ ਬਾਜੀ ਕਿਦਾਂ ਜੀ? ਬੜੀ ਕਿਰਪਾ ਜੀ, ਪਰਮੇਸ਼ਰ ਸਭ ਠੀਕ ਠਾਕ ਜੀ? ਠੀਕ ਠਾਕ। ਵੇਖ ਗਏ ਪਾਜੀ ਜੀ? ਹਾਂਜੀ ਵੇਖ ਗਏ। ਚਲੋ ਬਾਜੀ, ਮੈਂ ਵੀ ਚੰਗੀ ਸੀ ਤੁਹਾਡੀ ਜੀ। ਮੈਂ ਬਹੁਤ ਚੰਗੀ ਜੀ। ਕਿਹੜੇ ਇਲਾਕੇ ਚਲੇ ਗਏ ਜੀ? ਉਹ ਬਾਰਡਰ ਤੋਂ ਲਈ ਨਹੀਂ, ਕਿਹੜੇ ਇਲਾਕੇ ਚਲੇ ਗਏ? ਇਹ ਗੁਰਦਾਸਪੁਰ। ਅਜੇ ਗੁਰਦਾਸਪੁਰ, ਖਾਸ ਹੀ ਗੁਰਦਾਸਪੁਰ ਚਲੇ ਗਏ? ਖਾਸ ਗੁਰਦਾਸਪੁਰ। ਚਲੋ ਚਲੋ ਠੀਕ ਹੈ। ਤੇ ਅੱਜ ਫਿਰ ਅੱਜ 2 ਮਈ ਸੇ ਦੋਏ ਝੋਟੀਆਂ ਉਹ ਪਹਿਲੇ ਨੇ ਜੀ। ਹਾਂਜੀ, ਆ ਦੂਜੇ ਆ 4 ਦੰਦ ਝੋਟੀ ਹੈ। ਅੱਛਾ, ਦੂਜਾ ਸੂਏ ਇਹ 4 ਦੰਦ? ਹਾਂ 4 ਦੰਦ, M416 ਦੀ ਝੋਟੀ ਹੈ ਜੀ। ਅੱਛਾ, M416 ਦੀ? ਹਾਂਜੀ, ਇਹ ਨਾ ਜਿੱਥੋਂ ਆਪਾਂ ਲਈ ਪਿਛਲੇ ਸੂਏ ਵੀ ਉਹਨਾਂ ਤੋਂ ਦੂਜੇ ਸੂਏ ਝੋਟੀ ਵੀ ਗਈ। ਅੱਛਾ ਜੀ। ਉਹਨੇ ਵੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਸੀ। ਅੱਛਾ ਜੀ। ਤੇ ਮੁੜ ਕੇ ਮੈਂ ਨਾ 5000 ਤੋਂ ਝੋਟੀ ਛੱਡਤੀ ਉਹ। ਠੀਕ ਹੈ ਜੀ। ਛੱਡਤੀ ਤੇ ਮੁੜ ਕੇ ਸੱਤਾ ਜੀਰੇ ਵਾਲਾ ਲੈ ਗਿਆ, ਤੇ ਉਹ ਮੈਨੂੰ ਪਰਸ ਆਇਆ ਨਾ 19 ਲੀਟਰ ਝੋਟੀ ਦੁੱਧ ਬਣਾਇਆ ਦੂਜੇ ਸੂਏ ਨੇ। ਅੱਛਾ, ਦੂਜੇ ਸੂਏ। ਇਹਦੀ ਭੈਣ ਨੇ? ਅੱਛਾ, ਇਹਦੀ ਭੈਣ ਨੇ। ਹਾਂਜੀ ਹਾਂਜੀ। ਵਾਹ ਜੀ ਵਾਹ। ਇਹ ਐਂਡ ਕੀ ਫਿਰ ਮੈਂ ਨਹੀਂ ਐਂਡ ਕਿ ਉਹ ਇਹ ਵੀ ਮਤਲਬ ਕਿ M416 ਦੀ ਆ? ਹਾਂਜੀ M416। ਤੇ ਗਾਂ ਫਿਰ ਕਿਹੜੇ ਮਾਲੀ ਕੱਪੜਾ ਜੀ? ਇਹ M29 ਦਾ ਟੀਕਾ। ਅੱਛਾ, M29 ਦਾ। M29 ਦਾ ਟੀਕਾ ਨਾ ਭਰਾਇਆ ਜੀ। ਠੀਕ, टाइम 10 दिन ले जाऊ। तो खोलो भाजी दिखाइए। देखो जी बड़ी सोहनी झोटी आ, तो बाकी तो थान की क्वालिटी देखो तो किन्ना बेच पता लगे। देखो 4 दिन झोटी है जी, अजे पहला दूजा सौ सोनी है, तो पहले ने चोरिया को दुद्ध किया M416 की। ठीक, आ देखो बहुत सोहनी झोटी है जी, चंगी क्वालिटी वाली आ, ब्रीड बहुत है जी। आ देखो हाइट बहुत सोहनी है। ठीक है, बाकी सिंग बहुत सोहना भाजी। घुमाओ घुमाओ जी। आ देखो जी, आ देखो फेस क्वालिटी देखो, आ देखो जी। तो भाजी फिर ऐसी फिर ये भी उम्मीद नहीं करते अपना भीर जी, आप दस दुद्ध की गरंटी नहीं देंगे। हाँ जी, जो बंद से लिया है ना। हाँ जी, सानू पता बंदा झूठ नहीं मारता। ठीक है ठीक है। बहुत ही रा बंदा गुरसिख बंदा वा। ਝੋਟੀ ਆਪਾਂ ਮੰਨ ਕੇ ਚੱਲੋ, ਆਪਾਂ ਗਰੇਨੀ 17 ਤੋਂ 18 ਲੀਟਰ ਤੁਸੀਂ ਮੰਨ ਕੇ ਚੱਲ ਜਾਓ, ਵੱਧ ਕੱਢ ਜੇ ਕਿਸਮਤ ਹੈ। ਹਾਂਜੀ ਬਿਲਕੁਲ ਸਹੀ ਸਹੀ ਗੱਲ ਹੈ ਜੀ। ਤੋਰਾ ਜੀ ਇੱਧਰ ਨੂੰ, ਆ ਦੇਖੋ ਜੀ, ਆ ਦੇਖੋ ਪੇਟ ਫੋੜਾ ਦੇਖੋ ਜੀ। ਇੱਕ ਮਖੜਾ ਜੀ ਭਾਜੀ, ਇੱਕ ਮਖੜਾ ਜੀ ਇੱਥੇ। ਆ ਦੇਖੋ ਝੋਟੀ ਥੋੜੀ ਜੀ, ਬਸ ਪੂਛ ਥੋੜੀ ਚਿੱਟੀ ਆਈ ਆ, ਤੇ ਆ ਦੇਖੋ ਥਾਂ ਦੀ ਕੁਆਲਿਟੀ ਬਹੁਤ ਸੋਹਣਾ ਥਾਂ। ਤੋਰ ਲਓ ਜੀ, ਆ ਦੇਖੋ ਥਾਂ ਤੁਹਾਨੂੰ ਬਿਲਕੁਲ ਸਹੀ ਹੈ ਜੀ, ਇੱਕ ਨੰਬਰ ਜੀ। ਅਗਰ ਭੂ ਕਰਦੀ ਆ ਦੇਖੋ ਜੀ, झोटी आ चंगी क्वालिटी दी आ। चलो बाकी मोके ने तुहाडा मान दा जरूर करनगे। ठीक है, उधर आ जाओ जी। ਇਹ ਸੂਆ ਜੀ, ਇਹ ਪਹਿਲਾ ਸੂਆ ਜੀ, ਇਹ ਸੂਈ ਨੂੰ ਤਕਰੀਬ ਮਹੀਨਾ ਹੋ ਗਿਆ ਕੱਟਾ ਜੀ। ਅੱਛਾ ਜੀ। ਇਹ ਅੱਜ ਹੀ ਲਿਆਂਦੀ ਆ, ਇਹ ਕੋਈ ਇਹਨੂੰ ਇੱਕ ਮੁੱਠ ਵੀ ਵੰਡ ਨਹੀਂ, ਮਾਤਰ ਘਰੋਂ ਝੋਟੀ ਆਈ ਆ, ਮੁੱਠੀ ਵੰਡਦੀ ਪੱਠਿਆਂ ਦੀ। ਠੀਕ ਆ। ਤੇ ਯਾਨੀ ਕਿ ਇਹ 9 ਕਿਲੀਟਰ ਦੁੱਧ ਦੇ ਥੱਲੇ ਇਸ ਤਰ੍ਹਾਂ ਹੈਗਾ। ਹਾਂਜੀ, ਮਤਲਬ ਜੇ ਕੋਈ ਵੰਡ ਪਾਵੇ ਤੇ ਫਿਰ 10-11 ਝੋਟੀ ਦੁੱਧ ਦੇਊਗੀ। ਠੀਕ ਆ, ਕੱਟਾ ਮਗਰ ਹੈ ਨਾ ਜੀ? ਕੱਟਾ ਜੀ। ਚਲੋ ਖੋਲੋ ਜੀ ਇਹਨੂੰ ਵੀ, ਆ ਦੇਖੋ ਇਹ ਵੀ ਝੋਟੀ ਬਹੁਤ ਸੋਹਣੀ ਆ ਜੀ। 8 ਕਿਲੋ ਦੁੱਧ ਹੀ ਆ ਮੰਨ ਕੇ ਲੈਣਾ ਜੀ ਆਪਾਂ? ਹਾਂਜੀ 8 ਹੀ ਮੰਨ ਕੇ। ਹਾਂ ਆ ਦੇਖੋ ਜੀ, ਬਾਕੀ ਜੇ ਆਪਾਂ ਹੁਣ ਸਵੇਰੇ ਹੀ ਲਿਆਂਦੀ ਆ। ਅੱਛਾ ਠੀਕ ਹੈ, ਸਵੇਰੇ ਲਿਆਂਦੀ ਜੇ ਸਮਗਰ ਫਿਰ ਭਾਵੇਂ ਕੱਲ੍ਹ ਨੂੰ ਦੱਸਦਾ ਹੀ ਦੱਸਾਂਗੇ। ਆ ਦੇਖੋ ਇਹ ਵੀ ਬੜੀ ਸਾਫ਼ ਝੋਟੀ ਹੈ ਜੀ, ਆ ਦੇਖੋ ਥਾਣ ਵਿੱਚ ਬਹੁਤ ਸਾਫ਼ ਝੋਟੀ ਹੈ ਜੀ, ਕੱਦ ਕੱਢ ਪੂਰੇ ਕੱਦ ਕੱਢ ਵਾਲੀ ਝੋਟੀ ਹੈ ਜੀ। ਆ ਦੇਖੋ ਵੀ ਮਤਲਬ ਮੈਂ ਸਾਂਭੀ ਨਹੀਂ ਝੋਟੀ ਨਹੀਂ ਕਿਸੇ ਕੋਲ। ਹਾਂਜੀ ਹਾਂਜੀ ਭਾਜੀ, ਬਿਲਕੁਲ ਸਾਂਭੀ ਨਹੀਂ ਕਿਸੇ, ਬਿਲਕੁਲ ਜੀ ਲਿਆਓ ਜੀ। ਹਾਂ ਘੁਮਾਓ ਜੀ ਘੁਮਾਓ, ਇੱਕ ਫੇਸ ਕੁਆਲਿਟੀ ਦਿਖਾਈਏ ਮੜਾ ਜੀ। ਆ ਦੇਖੋ ਜੀ ਠੰਡੀ ਬੜੀ ਗਰਮਾ, ਥੋੜ੍ਹਾ ਮੱਥੇ ਬਾਅਦ ਆ ਗਿਆ, ਬਾਕੀ ਬਹੁਤ ਸੋਹਣੀ ਝੋਟੀ ਹੈ। ਲੈ ਚਲੋ ਜੀ, ਲੈ ਚਲੋ। ਤੇ ਚਵਾਈ ਜੋ ਭਾਜੀ ਹੈ ਬਿਲਕੁਲ ਵਧੀਆ ਜੀ। ਠੀਕ ਹੈ ਜੀ, ਚੋਣ ਠੀਕ ਹੈ ਨਾ ਪਾਪਾ? ਹਾਂਜੀ ਚੋਣ ਠੀਕ ਹੈ। ਬੰਦ ਹੋ ਜੀ, ਅੱਗ ਤੇ ਹੋਣੀ ਧਾਰਾ ਫਲਾ ਦਈਏ, ਮਾਰ ਲਓ ਮਾਰ ਲਈਏ, ਮਾਰ ਲਓ ਮਾਰ ਲਓ, ਲੈ ਆਓ ਬਰਾਓ ਜੀ। ਇਹ ਘਰ ਦੀ ਝੋਟੀ ਹੈ ਜੀ ਨਾਲ ਦੀ? ਹਾਂ ਇਹ ਘਰ ਦੀ ਝੋਟੀ ਹੈ। ਇਹ ਕਿਹੜੇ ਸਾਹ ਦੀ ਹੈ ਜੀ? M29 ਦੀ। ਅੱਛਾ M29 ਦੀ ਹੈ ਜੀ,
सोहने बच्चे आते हैं ना जी मैंने सही सही गल जी सही आ रहे चलो कोई नी जिवें गुजारा की बेगाना किन्ना दुध करू थोड़े सानू जी हां जी मालिक अपना जी टीका नवाब दो नवाब के टीके जाने मार लो छो बच्चा जी ठंडी चलो मर्जी बिलकुल बिलकुल सवेरे लिया के मेरे हिसाब सानू 8 बज गए अच्छा जी बंद हो जाए जो पूरा कर जी चलो संभाल भी ठीक है फिर भी चलो ठीक है जी 12 बज गए जी हम चलो बस ठीक है ਹੁਣ ਸ਼ਾਮ ਦੀ ਗੱਲ ਹੈ ਸਰ ਮੇਰੇ ਕੋਲ ਟੋਕਣਾ ਮੈਂ 10 ਲੀਟਰ ਦਾ ਟੋਕਣਾ ਸਾ ਜੀ ਅੱਛਾ ਜੀ ਮੀਨੀ ਥੱਲੇ 10 ਲੀਟਰ ਆ ਦੂਜੀ ਆਪਣੀ ਥੱਲੇ 10 ਲੀਟਰ ਆ 8 ਅੱਠ ਮਹੀਨੇ ਸਹੀ ਨੇ ਹਾਂ ਜੀ ਬਿਲਕੁਲ ਜੀ ਚਲ ਮਾਰਦਾ ਰੋ ठीक है अस्सी हजार रुपया भी हजू मान चलो पचहत्तर हजार दो पशु है जी देखो जी दो पशु बाइया को फिर मेरे भी इतने आके गब्बड़ चेक करके लेके जाओ हां जी कोई गल नंबर 8568 संतोख सिंह पिंड बहादुर नगर जिला तरन तारण तहसील पट्टी ठीक है सत श्री अकाल जी सत श्री अकाल।